दारू फ्री ठेके लगे हो पंजाब च पाकिस्तान च दारू देना भाजी तुसी मौजूद हां इस टाइम ਮੈਂ ਵੇਖਿਆ ਕਿਸੇ ਦਾ ਪੁੱਤ ਵੋਟਰ ਦੇ ਬੈਠਾ ਟੀਕਾ ਲਾਉਂਦਾ ਵਿੱਚ ਅਸਲੀ ਜਿਹੜਾ ਕਿ ਮਰ ਗਿਆ ਉਹ ਮਾਂ ਨੇ ਪੁੱਛੋਂ ਦਾ ਪੁੱਤ ਕਿੱਦਾਂ ਹੋਇਆ ਨੌ ਮਹੀਨੇ ਉਹਨੇ ਆਪਦੇ ਢਿੱਡ 'ਚ ਪੀੜ ਝੱਲੀ ਆ ਉਹਨੇ ਪਿਓ ਨੇ ਦੁੱਖ ਤਕਲੀਫਾਂ ਝੱਲ ਕੇ ਉਹਨੂੰ ਪਾਲ
ਅੰਮ੍ਰਿਤਸਰ ਬਾਰਡਰ ਦੇ ਕਿੰਨਾ ਨੇੜੇ ਤਕਰੀਬਨ ਉਹ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਤਕਰੀਬਨ 100 ਕਿਲੋਮੀਟਰ ਨਜ਼ਦੀਕ ਹੈ ਠੀਕ ਹੈ ਠੀਕ ਹੈ ਚਲ ਹੁਣ ਚੱਲ ਮੈਂ ਤੇਰੀ ਗੱਲ ਟੋਕਦਾ ਭਾਜੀ ਆਹ ਭਾਜੀ ਹੁਣ ਇੱਕ ਵਾਰੀ ਫੇਰ ਗਈ ਸਿੱਧੂ ਮੂਸੇਵਾਲੇ ਦਾ ਯਾਰ ਬੜਾ ਦੁੱਖ ਹੈ ਬੜਾ ਇਹ ਵਾਕੇ ਵਾਕੇ ਅਸਾਂ ਬੜਾ ਲਾਈਕ ਕਰਦੇ ਅਸਾਂ ਉਹਦਾ ਬੜਾ ਪਿਆਰ ਕਰਦੇ ਅਸਾਂ ਉਸ ਨਾਲ ਬੜੇ ਉਹਦੇ ਗਾਣੇ ਵਜਾਣੇ ਸੁਣਨੇ ਸਿੱਧੂ ਮੂਸੇਵਾਲੇ ਦੇ ਨਹੀਂ ਪੰਜਾਬ ਵੀ ਰਾਹੀਂ ਉਹਦੇ ਅਸਾਂ ਯਾਨੀ ਉਹਦੇ ਬੜੇ ਹੀ ਅਸਾਂ ਫੈਨ ਆਸੇ पाकिस्तान तो बंगलादेश मैं लगता इन्नी तरक्की ना किसी ने की ना ही किसी ने करनी ना ही होनी नहीं किसी तो तलाश करना चाहिए जिन्हें मारिया की वजह बनी है सिद्धू मूसे सब तो ज्यादा गाना केड़ा सुने पाकिस्तान हालात की आ जी सब तो पहला अपने इमरान खान दे गोली मारी थी पता लगा किने मारी आ इमरान खान बनिया ना देखते होंगे की करता पाया की नहीं करता पाया सब तो वड्डी चीज उन्हें करतारपुर साहब का लंघा खोलिया ही है ना साडे लई ते आपां वाच करते होंगे की करता की नहीं करता पाकिस्तान च किदा मतलब सिस्टम की सी वधिया सी उहदा राजा की सिस्टम सीगा ला के देता ਉਹਦੇ ਜੋਦਾ ਕੋਈ ਸ਼ੱਕ ਨਹੀਂ ਇਮਰਾਨ ਖਾਨ ਦੇ ਜਿਹੜੇ ਨੀਅਤ ਚੋਂ ਕੋਈ ਸ਼ੱਕ ਨਹੀਂ ਲੇਕਿਨ ਉਹਦੀ ਟੀਮ ਦੇ ਬੰਦੇ ਜਿਹੜੇ ਨੇ ਉਹਦੀ ਟੀਮ ਦੇ ਬੰਦੇ ਇੱਕ ਬੰਦਾ ਤਾਂ ਨਹੀਂ ਨਾ ਚੱਲਦਾ ਉਹਦੇ ਨਾਲ ਚੱਲਣਾ ਪੈਂਦਾ ਟੀਮ ਦੇ ਨਾਲ ਮਿਲ ਕੇ ਚੱਲਣਾ ਪੈਂਦਾ ਜਦੋਂ ਉਹ ਹੀ ਆਪੇ ਜੰਜ ਹੋਣ ਤੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਉਹ ਪਾਕਿਸਤਾਨ ਵਾਸਤੇ ਹੀ ਰਹਿ ਬੰਦਾ ਬੋਲੇ ਸਹੀ ਆ ਲੀਡਰ ਨੇ ਲੀਡਰ ਇਹ ਤਾਂ ਚੋਣ ਨੇ ਸਾਰੇ ਨਵਾਜ਼ ਸ਼ਰੀਫ ਤੇ ਜ਼ਰਦਾਰੀ ਇਹ ਤਾਂ ਬਸ ਪੈਸਾ ਖਾ ਬਣਾਇਆ ਹੋ ਗਏ ਲੰਘਾ ਖੋਲਿਆ ਤੇ ਉਸ ਤੋਂ ਬਾਅਦ ਲੋਕੀ ਉਹਨੂੰ ਵਾਚ ਕਰਨ ਲੱਗੇ ਤੇ ਉਹਨੇ ਕੀ ਕਰਦਾ ਪਿਆ
ਉਹਦੇ ਬਾਜੀ ਉਹਦਾ ਨੀਅਤ ਚ ਕੋਈ ਸ਼ੱਕ ਨਹੀਂ ਉਹ ਦੰਦ ਸੇ ਪਾਕਿਸਤਾਨ ਵਾਸਤੇ ਕੀ ਰਹਿ ਲੇਕਿਨ ਜਿਹੜੀ ਟੀਮ ਹੈ ਉਹ ਵਰਕ ਨਹੀਂ ਕਰਦੀ ਸਾਡੀ ਕੰਟਰੀ ਵਿੱਚ ਸੇਮ ਪ੍ਰੋਬਲਮ ਆ ਸਾਡੇ ਵੀ ਇਹੀ ਚੀਜ਼ ਆ ਜਿਹੜਾ ਬੰਦਾ ਕੁਝ ਅੱਜ ਦਾ ਕੰਮ ਕਰਦਾ ਨਾ ਉਹਨੂੰ ਕਰਨ ਨਹੀਂ ਦਿੰਦੇ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਤੇ ਜੇ ਕੋਈ ਵਧੀਆ ਗੱਲ ਜੇ ਉਹ ਬੰਦਾ ਵਧੀਆ ਕੰਮ ਕਰਦਾ ਤਾਂ ਮੈਨੂੰ ਲੱਗਦਾ ਰੋਕਣ ਨਹੀਂ ਚਾਹੀਦਾ ਕਰਨ ਦੇਣਾ ਚਾਹੀਦਾ ਹਾਲਾਤ ਖਰਾਬ ਨੇ ਪਾਕਿਸਤਾਨ ਇੰਡੀਆ ਦੇ ਆਪਸ ਚ ਨਹੀਂ ਇਹਨਾਂ ਦੇ ਸਿਸਟਮ ਨਹੀਂ ਸਹੀ ਉਹ ਆਂਦੇ ਨਾ ਕੀ ਆਂਦੇ ਨੇ ਕਮਿਊਨੀਕੇਸ਼ਨ ਸਿਸਟਮ ਉਹ ਨਹੀਂ ਸਹੀ ਇਹਨਾਂ ਦਾ ਉਹ ਇਹਨਾਂ ਉਧਰ ਗੱਲਾਂ ਕਰਦੇ ਨੇ ਇਧਰ ਗੱਲਾਂ ਕਰਦੇ ਨੇ ਉਹ ਇੱਕ ਬੰਦਾ ਬਣਾ ਨਾਲ ਅੱਗੇ ਸਿੱਧੂ ਹੀ ਨਾ ਨਵਜੋਤ ਸਿੰਘ ਸਿੱਧੂ ਸਾਰਾ ਕੰਮ ਉਹਨੇ ਕੀਤਾ ਬਣਾ ਨਾਲ ਰਿਕੁਐਸਟ ਕੀਤੀ ਉਹਨੇ ਤੇ ਉਹਨੇ ਕਿਹਾ ਜੀ ਉਹ ਆਪਸ ਨਾਲੇ ਕੋਲੀਗ ਵੀ ਸਨ ਕ੍ਰਿਕਟਰ ਨਹੀਂ ਹੁਣ ਭਰਾ ਪਾਕਿਸਤਾਨ ਤੋਂ ਵੀਡੀਓ ਦੇਖੂਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਤਾਂ ਹੈਗਾ ਇੰਡੀਆ ਚੋਂ ਤੇ ਮੈਂ ਤਾਂ ਨਾ ਪਾਕਿਸਤਾਨ ਕਦੇ ਜਾਣਾ ਹੋ ਸਕਦਾ ਕਦੇ ਸਵਾਬ ਬਣਿਆ ਮੈਂ ਜਾ ਨਹੀਂ ਮੈਂ ਹੋ ਸਕਦਾ ਕਦੇ ਸਵਾਬ ਬਣਾ ਹੀ ਜਾਵਾਂਗੇ ਪਰ ਇਮਰਾਨ ਖਾਨ ਚੰਗਾ ਕੰਮ ਕਰਦਾ ਤੁਹਾਡੀ ਕੰਟਰੀ ਲਈ ਉਹਦੇ ਨਾਲ ਜ਼ਰੂਰ ਖੜੇ ਹੋਵੋ ਉਹਦੇ ਨਾਲ ਖੜਨਾ ਚਾਹੀਦਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਜਿਹੜਾ ਬੰਦਾ ਸੱਚਾ ਉਹਦੇ ਨਾਲ ਜ਼ਰੂਰ ਖੜਨਾ ਚਾਹੀਦਾ ਨਹੀਂ ਨਹੀਂ ਆਵਾਮ ਉਹਦੇ ਨਾਲ ਬਿਲਕੁਲ ਵੀ ਬੰਦਾ ਪੰਜਾਬ ਹੈ ਸੋਚ ਨੂੰ 80% ਆਵਾਮ ਉਹਦੇ ਨਾਲ 20% 14 ਪਾਰਟੀਆਂ ਉਹ ਕੁਝ ਵੀ ਨਹੀਂ ਅੱਛਾ 20% 14 ਪਾਰਟੀਆਂ ਨੇ ਸਾਰੀ 14 ਪਾਰਟੀਆਂ ਨੇ ਇਹ ਫਜ਼ਲ ਰਹਿਮਾਨ ਨਵਾਜ਼ ਸ਼ਰੀਫ ਜ਼ਰਦਾਰੀ ਫਿਰ ਉਸ ਤੋਂ ਬਾਅਦ ਹੋਰ ਵੀ ਹੈ ਨਾ ਵੱਡੀਆਂ ਵੱਡੀਆਂ ਪਾਰਟੀ ਤਕਰੀਬਨ 14 ਬਣ ਜਾਂਦੀਆਂ ਠੀਕ ਹੈ ਠੀਕ ਹੈ ਠੀਕ ਹੈ ਤੇ ਚਾਚਾ ਤੂੰ ਤੁਰ ਜਾਣਾ ਕੱਲ ਕੱਲ ਇਨਸ਼ਾਅੱਲਾ ਜੀ ਕਿੰਨੇ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ ਮੈਂ ਤਕਰੀਬਨ 1 ਸਾਲ ਹੋ ਗਿਆ ਅੱਛਾ ਸਾਲ ਦਾ ਜਨਾਬ ਸਮਝੋ ਕਿ ਮੇਰਾ ਵੀ ਦਿਨ ਤੁਹਾਡੇ ਹਰ ਕੀਤਾ 2 ਦਿਨ ਨਹੀਂ ਦੇ ਕੋ ਫਿਰ ਵੀ ਵਿਜ਼ਿਟ ਲਵਾ ਲਿਆ ਫਿਰ ਵੀ ਵਿਜ਼ਿਟ ਲਵਾ ਲਿਆ ਅੱਛਾ ਇੱਥੇ ਕੇ ਵੱਜ ਜਾਂਦਾ 2 ਵਿਜ਼ਿਟ ਤਿੰਨ ਵਿਜ਼ਿਟ ਠੀਕ ਹੈ ਫਿਰ ਸਾਊਦੀ ਜਾਵਾਂਗੇ ਇਨਸ਼ਾਅੱਲਾ ਠੀਕ ਹੈ ਸਾਊਦੀ ਪਹਿਲਾਂ ਵੀ ਗਏ ਤੁਸੀਂ 12 ਸਾਲ ਸਾਊਦੀ ਪਰ ਇਹ ਚੀਜ਼ ਹੁਣ ਦੱਸਿਓ ਵੀ ਸਾਊਦੀ ਵਧੀਆ ਕਿ ਦੁਬਈ ਵਧੀਆ ਦੁਬਈ ਉਸ ਤੇ ਉਹ ਜਿਹੜੀ ਚੀਜ਼ ਉੱਥੇ ਉਹ ਇੱਥੇ ਨਹੀਂ ਜਿਹੜੀ ਇੱਥੇ ਉਹ ਉੱਥੇ ਸਹੀ ਆ ਸਹੀ ਆ ਸਹੀ ਆ ਯਸ਼ੀ ਇੱਥੇ ਵੇ ਹਾਂ ਯਸ਼ੀ ਉੱਥੇ ਰਹੀ ਹਾਂ ਤੇ ਹਲ ਅੱਲਾ ਦਾ ਘਰ ਉੱਥੇ ਵੇ ਉਹ ਇੱਥੇ ਹਾਂ ਉਹ ਸਭ ਤੋਂ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਉਹ ਸਭ ਤੋਂ ਵੱਡੀ ਗੱਲ ਹੁਣ ਜਿੱਦਾਂ ਸਾਡੇ ਸਿੱਖਾਂ ਲਈ ਕਹੀਏ ਵੀ ਸਭ ਤੋਂ ਵੱਡੀ ਚੀਜ਼ ਪਾਕ ਚੀਜ਼ ਕਿਹੜੀ ਆ ਨਕਾਣਾ ਸਾਹਿਬ ਹੈ ਨਾ ਹੁਣ ਜਿੱਦਾਂ ਤੁਹਾਡੇ ਮੁਸਲਮ ਭਰਾਵਾਂ ਲਈ ਸਭ ਤੋਂ ਵੱਡੀ ਚੀਜ਼ ਪਾਕ ਚੀਜ਼ ਹੈਗਾ ਹੈਗੀ ਆ ਮੱਕਾ ਮਦੀਨਾ ਹੈ ਨਾ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਲੇਕਿਨ ਉਹ ਕੋ ਜੋ ਉੱਥੋਂ ਦੇ ਗੈਦਰਿੰਗ ਜਿਹੜੀ ਇੱਥੋਂ ਦੀ ਇੱਥੋਂ ਚਲੋ ਥੋੜਾ ਜਿਹਾ ਸਾਲ ਹੋ ਗਿਆ ਮੈਂ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਨਿਜ਼ਾਮ ਹੈ ਦੁਬਈ ਦਾ ਦੁਬਈ ਦੇ ਜਿਹੜੇ ਸ਼ੇਖ ਨੇ ਦੁਬਈ ਦੀ ਖਾਸ ਪੁਲਿਸ ਨੇ ਪੁਲਿਸ ਬਹੁਤ ਨੰਬਰ 1 ਹੈ ਬਹੁਤ ਹੀ ਨੰਬਰ 1 ਨੇ ਉਸਤਾਦ ਜੀ ਬਗੈਰ ਕਿਸੇ ਮਾਮਲਾਤ ਦੇ ਵਿੱਚ ਇਤਨੇ ਇੱਜ਼ਤ ਨਾਲ ਪੇਸ਼ ਆਉਣਾ ਕੋਈ ਮਸਲਾ ਹੋਵੇ ਕਿ ਨੋ ਪ੍ਰੋਬਲਮ ਬਾਬਾ ਬੈਠੋ ਬਸ ਅੱਛੇ ਤਰੀਕੇ ਨਾਲ ਜਿਸ ਨੂੰ ਆਖੇਦਾ ਹੈ ਭਾਈ ਜਨਾਬ ਇੱਕ ਗਵਰਨਮੈਂਟ ਦਾ ਬੰਦਾ ਹੈ ਤੇ ਇਸ ਤਰ੍ਹਾਂ ਸੋਰਸਰ ਨਾਲ ਪੁੱਛਣਾ ਬੜੀ ਇੱਜ਼ਤ ਨਾਲ ਬੜੇ ਤਵੀਜ਼ ਨਾਲ ਨਸਲਾਂ ਉਹ ਜ਼ਰੂਰ ਦੇਖਣ ਚ ਪਾਕਿਸਤਾਨ ਇੰਡੀਆ ਦੇ ਹਾਲਾਤ ਬਹੁਤ ਸੁਧਰਨ ਤੇ ਦੁਬਈ ਵਰਗੇ ਮੁਲਕ ਬਣਨ ਹਨਾ ਉਹ ਅਮਰੀਕਾ ਕੈਨੇਡਾ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਆਉਣ ਵਾਲੀਆਂ ਨਸਲਾਂ ਜਿਹੜੇ ਸਾਡੇ ਗਾਂ ਬੱਚੇ ਦੂਜੀਆਂ ਤੀਜੀਆਂ ਪੀੜ੍ਹੀਆਂ ਉਹ ਦੇਖਣ ਵੀ ਇੰਡੀਆ ਵੀ ਕਿਤੇ ਸੁਧਰ ਗਿਆ ਪਾਕਿਸਤਾਨ ਵੀ ਕਿਤੇ ਸੁਧਰ ਗਿਆ ਹਨਾ ਲੀਡਰਸ਼ਿਪ ਦਾ ਇਸ ਲੀਡਰਸ਼ਿਪ ਦਾ ਬੜਾ ਕਰਦਾ ਹੈ ਲੀਡਰਸ਼ਿਪ ਕੋਈ ਵੀ ਲੀਡਰ ਛਾਏਗਾ ਨਾ ਮੁਲਕ ਨੂੰ ਤਾਂ ਲਾਈਏਗਾ ਤੇ ਭੈੜਾ ਬੰਦਾ ਘਰ ਚਾਹੀਏ ਉਹ ਤਬਾਹ ਕਰ ਸਕਦਾ ਘਰ ਨੂੰ ਤੇ ਮੁਲਕ ਚਾਹੀਦਾ ਮੁਲਕ ਤਬਾਹ ਕਰ ਦੇਣਾ ਇਹ ਤਾਂ ਸਾਰੀ ਗੱਲ ਹੈ ਹਰ ਪਾਸੇ ਇਹ ਸਿਸਟਮ ਹੈ ਨਵਾਜ਼ ਸ਼ਰੀਫ ਜਿੰਨੀ ਦੌਲਤ ਤੇਰੀ ਬਾਹਰ ਹੈ ਇੱਕ ਪਾਕਿਸਤਾਨ ਲੈ ਆਵੇ ਪਾਕਿਸਤਾਨ ਢਾਹ ਜਾਂਦਾ ਕਿਉਂ ਜਾਂਦਾ ਕਰਜ਼ਾ ਖਤਮ ਹੋ ਜਾਂਦਾ ਪਾਕਿਸਤਾਨ ਦਾ ਕਰਜ਼ਾ ਬੜਾ ਹੁਣ ਇੱਕ ਬੰਦੇ ਦੇ 2 ਲੱਖ ਰੁਪਇਆ ਖਰਚ 2 ਲੱਖ ਕਰਜ਼ਾ ਹੈ ਇੱਕ ਬੰਦੇ ਦੇ ਪਾਕਿਸਤਾਨ ਦੇ ਭਾਵੇਂ ਜਿਹੜਾ ਜੰਮਦਾ ਉਹਦੇ ਤੇਰੀ ਦੂਸਰਾ ਬੰਦਾ ਜਿਹੜਾ ਪੈਸੇ ਲਏ ਉਹਦੇ ਕੋਲ ਬੋਲ ਵੀ ਸਕਦਾ ਜਿਹੜਾ ਬੰਦਾ ਉਹਦੇ ਕਰਜ਼ਾ ਹੈਗਾ ਆ ਦੇ ਇਹ ਬਾਈ 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 ਫੈਟ ਤੇ ਸੀਗਾ ਮੇਰੇ ਸਿਰ ਤੇ ਮੇਰੇ ਪਿਓ ਦਾਦੇ ਦੀ ਜ਼ਮੀਨ ਆ ਜਿੰਦੇ ਦੇ ਅਸੀਂ ਅੱਜ ਹੀ ਤੌਰ ਤੇ ਮਤਲਬ ਕੋਈ ਸਾਨੂੰ ਜ਼ਰੂਰਤ ਨਹੀਂ ਕਰਜ਼ੇ ਦੀ 80,000 ਰੁਪਇਆ ਕਰਜ਼ਾ ਲੈ ਕੇ ਅਸੀਂ ਗਵਰਨਮੈਂਟ ਨੂੰ ਰੱਖਿਆ ਆ ਇਸ ਟਾਈਮ ਮੈਂ ਛੁੱਟੀ ਕੱਟ ਕੇ ਆਇਆ ਇੰਡੀਆ 'ਚ 3 ਸਾਲ ਬਾਅਦ ਛੁੱਟੀ ਕੱਟ ਕੇ ਆਇਆ 2019 ਦਾ ਦੁਬਈ 'ਚ ਆਇਆ ਮੈਂ ਛੁੱਟੀ ਕੱਟ ਕੇ ਆਇਆ ਮੈਂ 3 ਸਾਲਾਂ ਬਾਅਦ ਮੈਂ ਘਰ ਜਾਣ ਤੋਂ ਬਾਅਦ ਮੈਨੂੰ ਬੈਂਕ ਵਾਲਿਆਂ ਘਰੋਂ ਰੈਂਟ ਬੈਂਕ ਦੇ ਲਓ
ਕੋਈ ਮੇਰੀ ਜ਼ਿਆਦਾ ਕਰਜ਼ਾ ਨਹੀਂ ਗਾ ਬਈ 90,000 ਕਰਜ਼ਾ ਨਾ ਕੋਈ ਜ਼ਿਆਦਾ ਨਹੀਂ ਗਾ ਤੁਹਾਨੂੰ ਵੀ ਪਤਾ ਮੈਨੂੰ ਬੈਂਕ ਵੱਲੋਂ ਵਾਰੰਟ ਆਇਆ ਸੀ ਮੈਂ ਬੈਂਕ ਹੀ ਗਿਆ ਮੈਂ ਕਿਹਾ ਭਾਈ ਮੇਰੀ ਕਿੰਨੀ ਕੁ ਕਰਜ਼ਾ ਉਹ ਕਹਿੰਦਾ 1,25,000 ਡਬਲ ਹੋ ਗਿਆ ਡਬਲ ਹੋ ਗਿਆ ਕੀ ਮੈਂ ਬਕਾਇਦਾ ਉਹਦੀ ਵਿਆਹ ਤਾਰ ਕਰਿਆ ਮੈਨੂੰ ਗੌਰਮੈਂਟ ਵੱਲੋਂ ਹਰ ਇੱਕ ਕੰਮ 'ਚ ਮੈਨੂੰ ਮਾਫ਼ੀ ਆਈ ਆ ਮੇਰਾ ਪਿਓ ਦੀ ਡੈਥ ਹੋ ਗਈ ਆ ਤਿੰਨ ਭਰਾ ਤਿੰਨ ਕਿੱਲੇ ਜ਼ਮੀਨ ਨਹੀਂ ਗੀ 2.5 ਕਿੱਲੇ ਜ਼ਮੀਨ ਆ ਪਰ ਗੌਰਮੈਂਟ ਵੱਲੋਂ ਮੈਨੂੰ ਕਰਜ਼ੇ 'ਤੇ ਤਾਰਨਾ ਪਊਗਾ ਗੌਰਮੈਂਟ ਵੱਲੋਂ ਮੈਨੂੰ ਬੈਂਕ 'ਤੇ ਸੁਸਾਇਟੀ ਕਰਜ਼ਾ ਹੁੰਦਾ ਜੋ ਕਿ ਖੇਤੀਬਾੜੀ ਕਰਜ਼ਾ ਹੁੰਦਾ ਉਹ ਮੈਨੂੰ ਮਾਫ਼ੀ ਆਈ ਆ ਮੇਰਾ ਵੱਡਾ ਭਰਾ ਡਰਾਈਵਰੀ ਕਰਦਾ ਲਾਇਸੈਂਸ ਆ ਟਰਾਲੇ ਦਾ ਹੁੰਦਾ ਇਸ ਟਾਈਮ ਉਹ ਆਈਲੈਟਸ ਕਰਕੇ ਕੈਨੇਡਾ ਜਾਣ ਲਈ ਆਪਦੀ ਸਟੱਡੀ ਕਰਦਾ ਜੇ ਮੈਨੂੰ ਕੋਈ ਗੌਰਮੈਂਟ ਸਹੂਲਤ ਦੇਵੇ ਤਾਂ ਮੇਰਾ ਕਰਜ਼ਾ ਮਾਫ਼ ਕਰੇ ਉਹਦਾ ਫਾਇਦਾ ਹੋਵੇ ਜਦੋਂ ਮੈਨੂੰ ਮੇਰੀ ਪੰਜਾਬ ਦੀ ਗੌਰਮੈਂਟ ਮੈਨੂੰ ਸਹੂਲਤ ਨਹੀਂ ਦਿੰਦੀ ਮੈਂ ਉਹ ਗੌਰਮੈਂਟ ਨੂੰ ਕੀ ਮੰਨਣਾ ਤੁਸੀਂ ਇਹ ਦੱਸੋ ਅੱਛਾ ਸਭ ਤੋਂ ਪਹਿਲਾਂ ਤਾਂ ਮੇਰਾ ਭਰਾ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਮੱਖੂ ਫਿਰੋਜ਼ਪੁਰ ਜ਼ਿਲ੍ਹਾ ਅੱਛਾ ਤੇ ਇੱਕ ਚੀਜ਼ ਨੋਟ ਕਰਨ ਵਾਲੀ ਨੋਟ ਪਤਾ ਕਿਹੜੀ ਕਰਨ ਵਾਲੀ ਹੈ ਨਹੀਂ 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 ਸੇਮ ਜਿਹੜੀ ਤੁਹਾਡੀ ਬੋਲੀ ਆ ਉਹ ਸੇਮ ਬੋਲੀ ਮੇਰੀ ਬੋਲੀ ਹੋ ਰਿਹਾ ਦੁਆਬੇ ਦੀ ਬੋਲੀ ਹੋ ਰਿਹਾ ਸੇਮ ਤੁਹਾਡੇ ਵਾਲੀ ਬੋਲੀ ਆ ਤੁਹਾਡੀ ਪਾਕਿਸਤਾਨ ਪੰਜਾਬ ਵਾਲੀ ਬੋਲੀ ਆ ਨਾ ਇਹ ਸੇਮ ਉਹ ਆ ਸਾਡੀ ਦੁਆਬੇ ਦੀ ਬੋਲੀ ਲੱਗ ਗਿਆ ਪਰ ਇਹ ਸਾਡੇ ਪੰਜਾਬ ਦੀਆਂ ਐਡੀਆਂ ਜ਼ਾਲਮ ਸਰਕਾਰਾਂ ਨਾ ਸਿੱਖੀ ਦੇ ਵਿਰੋਧ ਪਾਕਿਸਤਾਨੀਆਂ ਨਾਲ ਪਿਆਰ ਹਿੰਦੁਸਤਾਨੀਆਂ ਨਾਲ ਪਿਆਰ ਦੇ ਵਿਰੋਧ ਜਿਹੜਾ ਬੰਦਾ ਖੜਾ ਹੋਊਗਾ ਉਹਨੂੰ ਦਬਾਉਣ ਦੇ ਤੌਰ ਤੇ ਬੈਠੀ ਆ ਸਹੀ ਗੱਲ ਆ ਇਹ ਕਾਰਨ ਕੀ ਪਤਾ ਇਹ ਕਸ਼ਮੀਰ ਦਾ ਕਸ਼ਮੀਰ ਦਾ ਆਪਣੇ ਕਸ਼ਮੀਰ ਪਾਕਿਸਤਾਨ ਤੋਂ ਕਸ਼ਮੀਰ ਆਜ਼ਾਦ ਕਸ਼ਮੀਰ ਅੱਛਾ ਕਸ਼ਮੀਰ ਤਹਿਸੀਲ ਜ਼ਿਲ੍ਹਾ ਠੀਕ ਆ ਠੀਕ ਆ ਠੀਕ ਆ ਤੁਹਾਡੇ ਕਸ਼ਮੀਰੀ ਭਰਾ ਬਹੁਤ ਆਉਂਦੇ ਪੰਜਾਬ ਜਦੋਂ ਨਹੀਂ ਸਾਡੇ ਸਾਡੇ ਵਾਲੀ ਸਾਈਡ ਵਾਲੇ ਬਹੁਤ ਆਉਂਦੇ ਆ ਤੇ ਜਦੋਂ ਸਰਦੀਆਂ ਹੁੰਦੀਆਂ ਨਾ ਉਹ ਕੱਪੜੇ ਕੁਪੜੇ ਵੇਚਣ ਬਹੁਤ ਆਉਂਦੇ ਆ ਲੱਕੜਾਂ ਕੱਟਣ ਬਹੁਤ ਆਉਂਦੇ ਆ ਆਪਾਂ ਉਹਨਾਂ ਨੂੰ ਰਿਸਪੈਕਟ ਦੇਈਦੀ ਆ ਭਾਈ ਨਹੀਂ ਨਹੀਂ ਵਾਧੂ ਯਾਰ ਰਿਸਪੈਕਟ ਅੱਛਾ ਹੋਰ ਇੱਥੇ ਚੱਲ ਜਾਣਾ ਕੁਛ ਹੋਰ ਕੁਛ ਨਾਲ ਜਾਣਾ ਕੁਛ ਨਹੀਂ ਨਾਲ ਜਾਣਾ ਇੱਥੇ ਪਿਆਰ ਰਹਿ ਜਾਣਾ ਚਾਹੇ ਪਾਕਿਸਤਾਨੀ ਚਾਹੇ ਮੈਂ ਹਿੰਦੁਸਤਾਨੀ ਚਾਹੇ ਮੈਂ ਕਿੱਥੋਂ ਦੇ ਮਰਜ਼ੀ ਆ ਹਾਂ ਬਸ ਤੇਰੇ ਨਾਲ ਚੇਤਾ ਰਹਿਣਾ ਮੇਰੇ ਨਾਲ ਪਾਕਿਸਤਾਨੀ ਭਰਾ ਰਿਹਾ ਸਹੀ ਗੱਲ ਮੇਰੇ ਨਾਲ ਇੱਕ ਬੰਦਾ ਰਹਿੰਦਾ ਸਾਡੀ ਕੰਪਨੀ ਦਾ ਡਰਾਈਵਰ ਪਾਕਿਸਤਾਨੀ ਦੋ ਡਰਾਈਵਰ ਸਾਡੀ ਕੰਪਨੀ ਦਾ ਭਰਾਵਾਂ ਕੋਈ ਜਦੋਂ ਮਾਲ ਮੈਨੂੰ ਆਦਾ ਜਵਾਕ ਸਮਝਦਾ ਮੈਨੂੰ ਨਿੱਕਾ ਭਰਾ ਸਮਝਦਾ ਉਹਨਾਂ ਵਰਗਾ ਪਿਆਰ ਮੈਨੂੰ ਸਾਡਾ ਸਾਡੇ ਪੰਜਾਬੀਆਂ ਨੂੰ ਨਹੀਂ ਮਿਲਿਆ ਸਾਡੇ ਪੰਜਾਬੀ ਜਿੱਥੇ ਮਰਜ਼ੀ ਵੇਖ ਲਈ ਭਾਵੇਂ ਨਾਲ ਖੜੇ ਹੋਣ ਪਰ ਇੱਕ ਟਾਈਮ ਉਹ ਲੱਤਾਂ ਖਿੱਚਦੇ ਜਦੋਂ ਬੰਦਾ ਤਾਂ ਉੱਠਦਾ ਉਹ ਗੱਲਾਂ ਮੈਂ ਇੱਕ ਗੱਲ ਤੇ ਵਿਰੋਧ ਕਰਦਾ ਉਹ ਅਮਰ ਛਕਾਉਂਦਾ ਉਹ ਖਾਲਿਸਤਾਨ ਦਾ ਨਾਰਾ ਲਾਉਂਦਾ ਕਿਸੇ ਚੰਗੀ ਗੱਲ ਤੇ ਲਾਉਂਦਾ ਵੀਰ ਜੀ ਅੱਜ ਦੇ ਨਿੱਕੇ ਨਿੱਕੇ ਜਵਾਕ ਮੈਂ ਪਿੰਡ ਛੁੱਟੀ ਕੱਟ ਗਿਆ 3 ਮਹੀਨਿਆਂ ਦੀ ਤੈਨੂੰ ਕਿਹੜੇ ਘਰ ਸੁਚਾਰੇ ਪ੍ਰਹਿਗਾ ਮੈਂ ਕਿਹਾ ਕਿਹੜਾ ਨਸ਼ਾ ਚਾਹੀਦਾ ਤੂੰ ਦੱਸ ਤੈਨੂੰ ਘਰੇ ਮਿਲੂਗਾ ਇਹ ਕੀ ਸਰਕਾਰਾਂ ਸਾਡੇ ਪੰਜਾਬ ਤੇਰੇ ਘਰੇ ਮਿਲੂਗਾ ਕੀ ਸਰਕਾਰਾਂ ਪੰਜਾਬ ਦੀਆਂ ਮੈਨੂੰ ਇਹਦਾ ਜਵਾਬ ਦੇ ਦੁਬਈ ਚ ਜਿਵੇਂ ਮਰਜ਼ੀ ਆ ਦੁਬਈ ਗੌਰਮੈਂਟ ਇੱਕ ਨੰਬਰ ਤੇ ਆ ਤੂੰ ਹੁਣੇ ਕਤਲ ਕਰ 5 ਮਿੰਟਾਂ ਪੁਲਿਸ ਨਾ ਬੰਦੇ ਨੂੰ ਫੜੇ ਤਾਂ ਫਿਰ ਕਹੀਂ 5 ਮਿੰਟਾਂ ਕ੍ਰਾਈਮ ਮੈਂ ਸਭ ਪੁਲਿਸ ਦੁਬਈ ਦੀ ਪੁਲਿਸ ਨੂੰ ਸੁਣਾਵਾਂ ਅੱਜ ਤੱਕ ਸਾਡੇ ਨਾਲ ਖੜੀ ਤੈਨੂੰ ਰੂਮ 'ਚ ਪ੍ਰੋਬਲਮ ਆ ਐਂਬੂਲੈਂਸ 'ਤੇ ਕਾਲ ਕਰ 108 ਨੰਬਰ 'ਤੇ ਇੰਡੀਆ ਕਰਦੇ ਆਪਾਂ ਸਾਰੀ 1-2 ਘੰਟੇ ਐਂਬੂਲੈਂਸ ਨਹੀਂ ਆਉਂਦੀ ਇੱਥੇ 998 ਦੁਬਈ ਦਾ ਪੈਚ 5 ਮਿੰਟਾਂ ਥੱਲੇ ਵੇਖੀਦਾ ਐਂਬੂਲੈਂਸ ਖੜੀ ਹੁੰਦੀ ਆ ਬੰਦੇ ਨੂੰ ਹੌਸਲਾ ਹੋ ਜਾਂਦਾ ਸਾਡੇ ਮਾਂ ਪਿਓ ਜਿੰਨਾ ਗੌਰਮੈਂਟ ਸਾਡੀ ਸਹੂਲਤ ਕਰਦੀ ਆ ਸਾਨੂੰ ਪੰਜਾਬ 'ਚ ਰਹਿ ਕੇ ਸਾਡਾ ਆਪਦਾ ਰਾਜ ਆ ਸਾਡੀ ਜ਼ਮੀਨ ਜਾਇਦਾਦ ਸਾਡਾ ਮਾਂ ਪਿਓ ਉੱਥੇ ਆ ਫੁੱਟਬਾਲ ਦਾ ਵਰਲਡ ਕੱਪ ਹੋ ਰਿਹਾ ਠੀਕ ਹੈ ਉਹ ਰਾਜੇ ਨੇ ਕੀ ਕੀਤਾ ਜਿੱਦਣ ਪਹਿਲਾ ਮੈਚ ਹੋਇਆ ਜਿੰਨੀਆਂ ਸੀਟਾਂ ਸੀਗੀਆਂ ਸਾਰੀਆਂ ਸੀਟਾਂ ਤੇ ਪਰਫਿਊਮ ਰੱਖੇ ਠੀਕ ਹੈ ਅੱਜ ਤਾਈ ਕੋਈ ਫੋਟੋ ਨਹੀਂ ਆਈ ਪੇ ਰਾਜੇ ਨੇ ਉਦਘਾਟਨ ਕੀਤਾ ਪਹਿਲੇ ਮੈਚ ਦਾ ਠੀਕ ਹੈ ਕੋਈ ਫੋਟੋ ਨਹੀਂ ਆਈ
ਆਪਣੇ ਤਾਂ ਸਾਲਾ 5 ਰੁਪਏ ਉਹ ਆਟਾ ਆਟਾ ਦਿੰਦੇ 5 ਰੁਪਏ ਵਾਲਾ ਕਿਲੋ ਉਹਦੇ ਉੱਪਰ ਫੋਟੋਆਂ ਲਾਉਣ ਨੂੰ ਮਰੀ ਜਾਂਦੇ ਆ ਸਰਕਾਰ ਦਾ ਬੰਦਾ ਨਾ ਐਮਐਲਏ ਆ ਹਾਂ ਇਹਨੂੰ ਕੱਟ ਦਿੱਤੀ ਨਾ ਸਾਲੀ ਮੇਰੀ ਫੋਟੋ ਹਰ ਅਖਬਾਰ ਤੇ ਆਊਗੀ ਨਾ ਆਵੇ ਤਾਂ ਅਖਬਾਰ ਖਾਣਾ ਇਹ ਕਿਆ ਬਰੇ ਆ ਨਾ ਉਹ ਅਖਬਾਰ ਖਾਣਾ ਮੈਂ ਤੇ ਇਹ ਗੱਲ ਮੈਂ ਤੇਰੇ कनेडा अमेरिका जाने जमीन वेची आने दुख वेची हालात माड़े नहीं गए सलाम करदा चाहे दारू पीने दारू कोई नशा नहीं अज तक अपनी जिंदगी ची सोच नहीं अपने खानदान शाही नशा गिणिया गया दारू का फीम दारू शाही नशा डोडे तक गिणिया होया पर साडियां सरकारां इहनूं दारू नूं फ्री ठेके लगे हो पंजाब च पाकिस्तान च दारू बैन आ भाजी तुम मौजूद हो इस टाइम खुफिया चलती होने बाकी राजस्थान के मैं एक गल कहना साड़ी मौजूदा सरकार खसखस की खेती दे जे कोई पुत चिट्टे ना मर जाए मैं जट का पुत ना कहे सही गल बहुत वड्डी गल खसखस की एक बार खेती दे ना पंजाब जे कोई फीम खा के खसखस डोडे खा के भाजी जे कोई बंदा साढ़े पंजाब च मर जाए ना अज मैं तीन महीने छुट्टी कट गया एक डेढ़ महीना पहलो मैं वेख्या किसी का पुत वोटर से बैठा टीका लाता बिच रह मर गया और माँ ने पुछो का पुत कि होया नौ महीने उन्हें आपके ढिड च पीड़ चली आने प्यो ने दुख तकलीफा झट के उन्हें पाल के एडा वाडा किया तिना घंटे पुत मर जो पुत नहीं होंगे साड़िया सरकार इन बारे असं की दसी सही गल है सही गल आम आदमी सरकार चाहे कांग्रेस चाहे अकाली चाहे भाजपा इनका की फायदा मैं एक फायदा दस दो मैं अज पंजाब चल जा दुबई तो पक्का बैन करके आपू ना जिमें मर्जी तुम कहो ना मैं पंजाब चल जा पर साढ़े पंजाब सानू कोई सहूलत नहीं मिलती अभी पंजाबी सही गल है वही गल है।